10 ਰੁਪਏ ਦੀ ਦੇਣਗੇ ਇਹ, 10 ਦੀ ਹੈ ਕਿ ਜ਼ਿਆਦਾ ਦੀ ਹੈ? 5 ਰੁਪਏ, 5 ਰੁਪਏ। ਤੇ ਦੋਸਤੋ ਆ ਮੇਰੇ ਵੱਡੇ ਦੇ ਤਰ੍ਹਾਂ ਜਿਵੇਂ ਜਿਵੇਂ ਮੇਰੀ ਦਿਨ ਘਟਦੇ ਜਾਂਦੇ ਉਵੇਂ ਉਵੇਂ ਸਾਡੇ ਕੱਪ ਵੀ ਘਟਦੇ ਜਾਂਦੇ ਨੇ। ਤਾਂ ਦੋਸਤੋ ਸਾਰੇ ਸੱਜਣਾ ਮਿੱਤਰਾਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਵੱਡੇ ਵਿਸ਼ ਕੀਤਾ। ਅਤੇ ਅੱਜ ਆਪਣਾ ਹੈਗਾ ਦੋਸਤੋ ਜਨਮ ਦਿਨ, ਇਸ ਨਿਮਾਣੇ ਦਾ ਅੱਜ ਹੈਗਾ ਵੱਡੇ, 17 ਜਨਵਰੀ ਨੂੰ ਆਪਾਂ ਪੈਦਾ ਹੋਏ ਸੀ। ਉਮਰ ਹੋ ਗਈ ਆ ਦੋਸਤੋ 30 ਸਾਲ ਤੋਂ ਪਲੱਸ, ਅਤੇ ਲੋਕ ਤਾਂ ਕਹਿੰਦੇ ਵੀ ਤੇਰਾ ਜਨਮ ਦਿਨ ਆ, ਬਹੁਤ ਬਹੁਤ ਵਧਾਈਆਂ, ਪਰ ਮੈਨੂੰ ਲੱਗਦਾ ਵੀ ਮੇਰਾ 1 ਸਾਲ ਖੁੱਜ ਗਿਆ, 1 ਸਾਲ ਮੇਰਾ ਘੱਟ ਗਿਆ ਜ਼ਿੰਦਗੀ ਦਾ। ਵਿਆਹ ਤੋਂ ਪਹਿਲਾਂ ਪਹਿਲਾਂ ਜਨਮ ਦਿਨ ਮਨਾ ਲਏ? ਹਾਂ, ਵਿਆਹ ਤੋਂ ਪਹਿਲਾਂ ਪਹਿਲਾਂ ਮਨਾ ਲਏ ਜਿਹੜੇ ਮਨਾ ਲਏ। ਵਿਆਹ ਤੋਂ ਬਾਅਦ ਤਾਂ ਜਨਮ ਦਿਨ ਮਨਾਉਣ ਦਾ ਫਾਇਦਾ ਹੀ ਕੋਈ ਨਹੀਂ, ਕਿਉਂਕਿ ਵਿਆਹ ਹੋ ਗਏ ਬੰਦੇ ਦਾ, ਕੁਛ ਤਾਂ ਘਰ ਵਾਲੀ ਉਹਦਾ ਜਨਮ ਦਿਨ ਮਨਾ ਦਿੰਦੀ, ਕੁਛ ਜਵਾਕ ਬਣਾ ਦਿੰਦੇ ਉਹਦਾ, ਆਪਦਾ ਉਹਨੇ ਚਿਰ ਨੂੰ ਮਰਨ ਦੇਣਾ ਆ ਜਾਂਦਾ ਕਿਹੜੇ। ਤਾਂ ਦੋਸਤੋ ਇਸ ਕੱਪ ਦੇ ਤਰ੍ਹਾਂ ਜਿਵੇਂ ਕਿ ਹੁਣ ਮੇਰਾ ਅਸੀਂ ਤੁਰੇ ਹਾਂ ਆਪਣੇ ਕੀ ਨਾਂ ਲੈਂਦੇ ਆ ਪੰਜਾਬ 'ਚੋਂ, ਹੈ ਨਾ, ਸਟੀਲ ਦਾ ਗਲਾਸ ਪੰਜਾਬ 'ਚੋਂ ਅਸੀਂ ਸਟੀਲ ਦੇ ਗਲਾਸ 'ਚ ਚਾਹ ਪੀਂਦੇ 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 ਕੱਪ 'ਤੇ ਆ ਗਏ, ਕੱਪ ਤੋਂ ਪੀਂਦੇ ਪੀਂਦੇ ਅਸੀਂ ਹੌਲੀ ਹੌਲੀ ਇਹ ਕੱਪੀ 'ਤੇ ਆ ਗਏ ਹਾਂ। ਚਾਹ ਇਹਦੇ 'ਚ ਦੋਸਤੋ ਮੈਂ ਨਾ ਵੀ ਹੈਰਾਨ ਹਾਂ ਮੈਂ, ਪਰ ਜਦੋਂ ਪੈਸੇ ਮੰਗਣਗੇ ਨਾ ਉੱਤੇ ਬਸ ਨੈਸਕੈਫੇ ਦਾ ਬ੍ਰਾਂਡ ਆ ਦੇਖੋ, ਬਿਲਕੁਲ ਛੋਟੀ ਜਿਹੀ ਕੱਪੀ, ਬਿਲਕੁਲ ਪਤਾ ਲੱਗਦਾ ਵੀ ਕੱਪੀ ਪਈ ਹੈ, ਅਤੇ ਮੈਂ ਤਾਂ ਵੇਖ ਕੇ ਹੈਰਾਨ ਹਾਂ ਦੇਖੋ ਜੀ, ਹੈਂ ਸੱਚੀ ਗੱਲ ਆ ਨਾ ਯਾਰ, ਬਾਹਲੇ ਛੋਟੇ ਯਾਰ, ਪਤਾ ਹੱਥ 'ਚ ਨਹੀਂ ਆਉਂਦੇ। 10 ਰੁਪਏ ਦੀ ਦੇਣਗੇ ਇਹ, 10 ਦੀ ਹੈ ਕਿ ਜ਼ਿਆਦਾ ਦੀ ਹੈ? 5 ਰੁਪਏ, 5 ਰੁਪਏ। ਅਤੇ ਦੋਸਤੋ ਆ ਮੇਰੇ ਵੱਡੇ ਦੇ ਤਰ੍ਹਾਂ ਜਿਵੇਂ ਜਿਵੇਂ ਮੇਰੀ ਦਿਨ ਘਟਦੇ ਜਾਂਦੇ ਉਵੇਂ ਉਵੇਂ ਸਾਡੇ ਕੱਪ ਵੀ ਘਟਦੇ ਜਾਂਦੇ ਨੇ, ਅਤੇ ਜ਼ਿੰਦਗੀ ਇਸ ਕੱਪ ਨਾਲ ਹੀ ਆ ਕਹਾਂ ਵੀ, ਅਤੇ ਜਦੇ ਜਿਵੇਂ ਜਿਵੇਂ ਮੈਂ ਲੱਗਦਾ ਜੈਸਲਮੇਰ ਪਹੁੰਚੇ ਅਸੀਂ, ਅਤੇ ਹੋ ਸਕਦਾ ਚੁਲੀਆਂ 'ਚ ਚਾਹ ਮਿਲੇ, ਚਮਚਿਆਂ 'ਚ ਨਾ ਮਿਲੇ ਚਾਹ ਕਿਹੜੀ। ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਵੀ ਜੈਸਲਮੇਰ ਸਾਨੂੰ ਵਾਕਈ ਚਮਚੇ 'ਚ ਚਾਹ ਮਿਲੂਗੀ ਕਿ ਨਹੀਂ ਮਿਲੂਗੀ? ਤਾਂ ਵੇਖ ਲਓ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ ਯਾਰ, ਜੇ ਇਹਦੂ ਛੋਟਾ ਕੱਪ ਹੋ ਜਾਵੇ ਤਾਂ ਕੀ ਬਣੂ, ਇਹਦੂ ਵੀ ਛੋਟਾ। ਬਾਕੀ ਵੱਡੇ ਆ ਜੀ, ਕਰੋ ਕਮੈਂਟ ਵਿੱਚ ਕਰੋ, ਹਾਂ ਇਹ ਪੈਗ ਲਾਉਣ ਵਾਸਤੇ ਬੈਸਟ ਆ ਦੋਸਤੋ, ਪਰ ਦਾਰੂ ਤੋਂ ਦੂਰ ਰਹੋ, ਅਸੀਂ ਛੱਡੀ ਹੋਈ ਆ, ਸਾਲ ਦਾਰੂ ਦੇ ਨੇੜੇ ਨਾ ਜਾਓ, 2025 ਤੋਂ ਬਾਅਦ ਵੇਖਾਂਗੇ। ਦੋਸਤੋ ਇਸ ਵਕਤ ਅਸੀਂ ਪੋਖਰਾਣਾ, ਇੱਥੋਂ 100 ਕਿਲੋਮੀਟਰ ਰਹਿ ਗਿਆ ਜੈਸਲਮੇਰ, ਅਤੇ ਲਗਭਗ 2 ਘੰਟਿਆਂ ਦੇ ਵਿੱਚ ਅਸੀਂ ਪਹੁੰਚ ਜਾਵਾਂਗੇ। ਇੱਥੇ ਅਸੀਂ ਇਸ ਢਾਬੇ 'ਤੇ ਚਾਹ ਪੀਤੀ ਆ, ਅਤੇ ਜੈਸਲਮੇਰ ਤੁਹਾਨੂੰ ਮਿਲਾਂਗੇ। ਉਹ ਸਾਹਮਣੇ ਸਾਡੀ ਖੜੀ ਗੱਡੀ, ਗਰਮ ਵਾਲੀ ਗੱਡੀ। ਚਾਚਾ ਕਿੰਨੇ ਪੈਸੇ ਬਚ ਗਏ ਜੇ ਪਿਛਲੀ ਵਾਰੀ ਤੂੰ ਟੂਰ 'ਤੇ ਆਏ ਸੀਗੇ ਗੱਡੀ ਲੈ ਕੇ? ਸਹੀ ਸਹੀ ਦੱਸੀ, ਪੈਸੇ ਤਾਂ ਹੋ ਸਕਦਾ 10-15 ਹਜ਼ਾਰ ਹੋਵੇ। 10-15 ਹਜ਼ਾਰ ਬਚ ਗਿਆ ਨਾ, ਗਿਣਤੀ ਨਹੀਂ ਕੀਤੀ ਅਜੇ। ਅੱਛਾ, ਤਾਂ ਇਹ ਗੱਡੀ ਨੇ ਸਾਡਾ ਬਹੁਤ ਫਾਇਦਾ ਕੀਤਾ, ਪਿਛਲੀ ਵਾਰੀ ਘੱਟੋ ਘੱਟ ਵੀ 5 ਹਜ਼ਾਰ ਦਿਹਾੜੀ ਦਾ ਗੱਡੀ ਵਾਲਾ ਲੈਂਦਾ ਸੀ, ਅਤੇ ਸਾਡਾ ਹਜੇ 1 ਟੈਂਕ ਤੇਲ ਦਾ ਨਹੀਂ ਲੱਗਿਆ ਇੱਥੋਂ ਤੱਕ ਪਹੁੰਚਣ 'ਤੇ, ਨਾਲੇ ਵੀ 4-5 ਹਜ਼ਾਰ, 3-4 ਹਜ਼ਾਰ ਦਾ ਤੇਲ ਭਰ ਜਾਂਦੀ 4 ਕੁ ਹਜ਼ਾਰ ਨਾਲ ਗੱਡੀ, ਹੈ ਨਾ, 4500 'ਚ ਗੱਡੀ ਫੁੱਲ ਹੋ ਜਾਂਦੀ ਹੈ, ਅਤੇ 4500 ਦਾ ਤੇਲ ਹਜੇ ਤੱਕ ਇੱਥੋਂ ਤੱਕ ਪਹੁੰਚਣ 'ਤੇ ਲੱਗਿਆ ਨਹੀਂ, ਅਤੇ 1000 ਕਿਲੋਮੀਟਰ ਕਮ ਸੇ ਕਮ ਚੱਲ ਗਈ ਹੋਊਗੀ ਆਈਡੀਆ, 1000 ਕਿਲੋਮੀਟਰ ਕਮ ਸੇ ਕਮ ਆਈਡੀਆ ਚੱਲ ਗਈ ਹੋਊਗੀ ਜਿੱਥੋਂ ਜਿੱਥੋਂ ਅਸੀਂ ਘੁੰਮ ਕੇ ਆਏ ਹਾਂ। ਅਤੇ ਲਓ ਜੀ ਪੈਕਟ ਲੈ ਲਿਆ ਇਹਨੇ, ਅਤੇ ਬਾਕੀ ਵੱਡੇ ਆ ਜੀ, ਇਹਨਾਂ ਨੂੰ ਸ਼ਾਮ ਨੂੰ ਅਸੀਂ ਦੋਵਾਂ ਨੂੰ ਪਾਰਟੀ ਕਰਾਂਗੇ, ਕਿਉਂਕਿ ਕਹਿੰਦੇ ਨਾ ਪੁੰਨ ਦਾਨ ਦਾ ਕੰਮ ਕਰਨਾ ਚਾਹੀਦਾ, ਅਤੇ 2 ਭਗਤਾਂ ਨੂੰ ਰੋਟੀ ਸ਼ਾਮ ਨੂੰ ਬਿਰਿਆਨੀ ਫ੍ਰੀ ਦਿੱਤੀ ਜਾਏਗੀ, ਦਾਲ ਕਿਉਂਕਿ ਅਸੀਂ ਟੂਰ ਕੱਢਣਾ ਲੰਮਾ, ਇਸ ਕਰਕੇ ਪੈਸੇ ਬਚਾਉਣੇ ਜ਼ਰੂਰੀ ਹੈ। ਮੈਂ ਕਿਹਾ ਵੀ ਜੇ 1 ਮਿਲੀਅਨ ਵਿਊ ਆ ਗਏ, 1 ਮਿਲੀਅਨ ਵਿਊ ਆ ਗਏ, ਚਾਚੇ ਨਾਲ ਵਾਧਾ ਵੀ, ਚਾਚਾ ਜੋ ਕੁਛ ਕਹੂਗਾ ਉਹੀ ਇਹਨੂੰ ਖਵਾਇਆ ਜਾਊਗਾ, ਪਰ 1 ਮਿਲੀਅਨ ਵਿਊ ਸਾਡੇ ਵਲੋਗ 'ਤੇ ਕਿਸੇ ਦੇ ਨਹੀਂ ਆਏ, 2-3 ਲੱਖ ਤੱਕ ਹੀ ਪਹੁੰਚਿਆ ਜੇ ਵਲੋਗ, ਆਉਣੇ ਵਲੋਗ 'ਤੇ ਚਾਹੀਦੇ ਆ, ਜੈਨੂਨ ਵਲੋਗ 'ਤੇ ਜਿਹੜਾ ਕਿ ਤੁਹਾਨੂੰ ਅਸੀਂ ਦਿਖਾਉਣੇ। ਬਾਕੀ ਦੋਸਤੋ ਸਪੋਰਟ ਦੀ ਲੋੜ ਆ, ਚਾਚਾ ਕਹਿ ਯਾਰ, ਆਹੋ ਬਸ ਗੰਨਿਆਂ ਸਲਾਦ ਖਾਧੀ ਜਾਂਦੇ ਗੰਨਿਆਂ।
ਗੰਡਿਆਂ ਦੇ ਸਲਾਦ ਨਾਲ ਹੀ ਸਾਰੀ ਜਾਂਦੇ ਕਿਉਂ ਮੀ ਸਹੀ ਗੱਲ ਆ। ਤੇ ਬਾਕੀ ਜੈਸਲਮੇਰ ਦਿਖਾਉਣੇ ਤੁਹਾਨੂੰ 3 ਦਿਨ ਰਹਿਣਾ ਉੱਥੇ, 2 ਦਿਨ ਕਿ 3 ਦਿਨ? 2 ਦਿਨ 2 ਦਿਨ 2 ਦਿਨ ਅਸੀਂ ਜੈਸਲਮੇਰ ਰਹਿਣਾ ਅਤੇ 2 ਦਿਨਾਂ 'ਚ ਤੁਹਾਨੂੰ ਜੈਸਲਮੇਰ ਪੂਰਾ ਵਿਖਾਵਾਂਗੇ। ਬਾਕੀ ਥੈਂਕ ਯੂ, ਧੰਨਵਾਦ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਅੱਜ ਵੱਡੇ ਆ, ਇਹ ਵੀਡੀਓ 'ਤੇ 1 ਮਿਲੀਅਨ ਵਿਊ ਆਉਣੇ ਚਾਹੀਦੇ ਆ। ਥੈਂਕ ਯੂ, ਧੰਨਵਾਦ।